तो पता नहीं लगा मैंने कोई खुआ के किया मेरे तो कोई की बयान लाया कि नहीं लाए मैंने तसीले जानता भी नहीं पता कि वे लै गया कि कोई मेरे तो लिखवाया तो की बयान लुआया। ਨਹੀਂ ਮੈਨੂੰ ਪਤਾ ਨਹੀਂ ਜੀ ਤਸੀਲੇ ਕਿਹੜੇ ਵੇਲੇ ਲੈ ਗਏ। ਕੋਈ ਨਸ਼ੀਲੀ ਚੀਜ਼ ਵਗੈਰਾ ਖਵਾਈ ਗਈ ਸੀਗੀ ਜੀ? ਕੋਈ ਖਵਾਈ ਹੋ ਪਰ ਮੈਨੂੰ ਨਹੀਂ ਪਤਾ ਜੀ। ਇਹਨਾਂ ਸੱਤ ਅੱਠ ਬੰਦਿਆਂ ਰਲ ਕੇ ਮੇਰੇ ਇੱਕ ਭਰਾ ਵਾ ਮਿਰਾਜ ਜੀ ਦੇ ਕੋਲੇ ਰਹਿੰਦਾ ਹੈ। ਇਹਨਾਂ ਨੇ ਇਹਨੂੰ ਧੋਖੇ ਨਾਲ ਪਤਾ ਨਹੀਂ ਕੀ ਖਵਾਇਆ ਕੀ ਨਹੀਂ ਖਵਾਇਆ, ਖਵਾ ਕੇ ਇਹਦੇ ਕੋਲੋਂ ਰਜਿਸਟਰੀ ਕਰਾ ਲਈ ਆ 26 ਗ੍ਰਾਂ ਸੱਤਾਂ ਮਰਲਿਆਂ ਦੀ। ਸਾਨੂੰ ਬਾਅਦ 'ਚ ਪਤਾ ਲੱਗਾ, ਸਾਨੂੰ ਉੱਦਾਂ ਤਾਂ ਪਤਾ ਨਹੀਂ ਲੱਗਾ, ਸਾਨੂੰ ਬਾਅਦ 'ਚ ਪਤਾ ਲੱਗਾ ਉੱਥੋਂ ਬੰਦੇ ਕਹਿੰਦੇ ਸਾਨੂੰ ਵੀਡੀਓ ਪਾਈਆਂ, ਫਿਰ ਸਾਨੂੰ ਪਤਾ ਲੱਗਾ ਵੀ ਇਹ ਕੰਮ ਵੀ ਧੋਖੇ ਨਾਲ ਗਰਾਉਂਡ ਹੈ ਸਾਡਾ। ਹੈਲੋ 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 ਚੋਨੀ ਸਾਹਿਬ। ਹਾਂਜੀ ਉਹ ਮੈਂ ਤੇਰਾ ਬਾਪੂ ਇੱਥੇ ਹੀ ਤੇ ਤੇਰੇ ਵਿੱਚ ਮਾਰਨਾ ਚਾਰਾ ਤੇ ਉਹ ਇੱਥੇ ਹੋ ਗਿਆ ਤੇ ਤੈਨੂੰ ਦੱਸੀ ਫਿਰ ਨਾਲ ਤਾਂ ਨਹੀਂ ਕਿ ਸਾਡਾ ਵੀ ਉਹ ਤਾਂ ਤੁਹਾਨੂੰ ਦੱਸਿਆ ਵਾ ਉਹ ਮੇਰੇ ਕੋਲ ਆਇਆ। ਅੱਛਾ ਹਾਂਜੀ ਉਹ ਹੋਈ ਗੱਲ ਕਿ ਨਹੀਂ ਤੇ ਵਾਹ ਹੋਈ ਹੋਈ ਆ। ਹਾਂ ਹੋਈ ਆ ਕੀ ਕਹਿੰਦਾ? ਹੈਲੋ ਹਾਂ ਹਾਂ ਉਹ ਮੈਂ ਸਵੇਰੇ ਮਾਰ ਕੇ ਜਾਇਆ ਤੂੰ ਖੜ ਕੇ ਕਰਾ ਲਾ ਬੀਸੀ ਕਰਾ ਲਾ ਮਾਰ ਕੇ ਸਵੇਰੇ ਮਿਲਣਗੇ ਪੈਸੇ ਸਵੇਰੇ ਸਵੇਰੇ ਪੈਸੇ ਮਿਲਣਗੇ ਉਹ ਪੈਸਾ ਨੀ ਗੱਲ ਕਿਸੀ ਕਹਿੰਦਾ ਪੈਸੇ ਆ ਗਏ ਪੈਸੇ ਲੈ ਲਾ ਡੀਸੀ ਨੂੰ ਗੱਲ ਕਰਦਾ। ਠੀਕ 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 ਹੈ ਪੈਸੇ ਮਿਲ ਜਾ ਆ ਗਏ ਪੈਸੇ ਜਾਂਦੇ ਨੇ ਡੀਸੀ ਕਲਾ ਚੁੱਪ ਕਰਕੇ। ਠੀਕ 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 ਹੈ ਚੰਗਾ ਚੰਗਾ ਤੇ ਦੱਸੋ ਦੱਸੋ ਨਾ ਕਿਸੇ ਨੂੰ ਚੰਗਾ ਆਹੋ ਚੰਗਾ। 80 ਸਾਲਾ ਬਜ਼ੁਰਗ ਨੇ ਆਪਣੇ ਹੀ ਪੁੱਤਰ ਵੱਲੋਂ ਉਸ ਨੂੰ ਕੋਈ ਨਸ਼ੀਲਾ ਪਦਾਰਥ ਖਵਾ ਕੇ ਧੋਖੇ ਨਾਲ ਰਜਿਸਟਰੀ ਕਰਾਉਣ ਦੇ ਲਾਏ ਦੋਸ਼। ਅੱਜ ਦੇ ਸਮੇਂ ਵਿੱਚ ਲੋਕ ਰਿਸ਼ਤਿਆਂ ਨੂੰ ਕਿਸ ਤਰ੍ਹਾਂ ਤਾਰ ਤਾਰ ਕਰਕੇ ਕੁਝ ਜ਼ਮੀਨ ਦੀ ਖਾਤਰ ਆਪਣਿਆਂ ਨਾਲ ਹੀ ਧੋਖਾਧੜੀ ਕਰ ਰਹੇ ਹਨ ਕਿ ਕਿਸੇ ਵੀ ਰਿਸ਼ਤੇ ਵਿੱਚ ਕੋਈ ਵਿਸ਼ਵਾਸ ਨਹੀਂ ਰਿਹਾ, ਚਾਹੇ ਉਹ ਰਿਸ਼ਤਾ ਪਿਓ ਪੁੱਤਰ ਦਾ ਹੀ ਕਿਉਂ ਨਾ ਹੋਵੇ। ਅਜਿਹਾ ਹੀ ਮਾਮਲਾ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਲੋਪੋਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਰਹਿੰਦੇ ਮਹਿੰਦਰ ਸਿੰਘ ਪੁੱਤਰ ਨਰਿੰਦਰ ਸਿੰਘ ਵੱਲੋਂ ਆਪਣੇ ਹੀ ਕੁਝ ਸਾਥੀਆਂ ਨਾਲ ਮਿਲ ਕੇ ਧੋਖਾਧੜੀ ਕਰਨ ਦੀ ਨੀਅਤ ਨਾਲ ਆਪਣੇ 80 ਸਾਲਾ ਬਜ਼ੁਰਗ ਪਿਤਾ ਨੂੰ ਕੋਈ ਨਸ਼ੀਲਾ ਪਦਾਰਥ ਖਵਾ ਕੇ ਉਸ ਪਾਸੋਂ 25 ਕਨਾਲ 7 ਮਰਲੇ ਦੀ ਜਗ੍ਹਾ ਦੀ ਰਜਿਸਟਰੀ ਧੋਖੇ ਨਾਲ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਪ੍ਰੈਸ ਨੂੰ ਹਲਫੀਆ ਬਿਆਨ ਦਿੰਦਿਆਂ ਨਰਿੰਦਰ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਲੋਪੋਕੇ ਨੇ ਆਪਣੀ ਦੁੱਖ ਭਰੀ ਦੱਸਦਿਆਂ ਕਿਹਾ ਕਿ ਉਸਦੇ 2 ਪੁੱਤਰ ਹਨ, ਕੁਲਦੀਪ ਸਿੰਘ ਅਤੇ ਮਹਿੰਦਰ ਸਿੰਘ, ਜੋ ਕਿ ਉਸਦਾ ਵੱਡਾ ਪੁੱਤਰ ਮਹਿੰਦਰ ਸਿੰਘ ਲੋਪੋਕੇ ਰਹਿੰਦਾ ਹੈ ਅਤੇ ਛੋਟਾ ਪੁੱਤਰ ਕੁਲਦੀਪ ਸਿੰਘ ਪਿੰਡ ਪੂਲਾ ਵਿਖੇ ਰਹਿੰਦਾ ਹੈ ਅਤੇ ਉਹ ਕਾਫੀ ਲੰਬੇ ਸਮੇਂ ਤੋਂ ਆਪਣੇ ਛੋਟੇ ਪੁੱਤਰ ਨਾਲ ਹੀ ਰਹਿ ਰਿਹਾ ਹੈ। ਪੀੜਤ 80 ਸਾਲਾ ਬਜ਼ੁਰਗ ਨੇ ਦੱਸਿਆ ਕਿ ਉਹ ਬੀਤੇ ਕੁਝ ਦਿਨ ਪਹਿਲਾਂ ਪਿੰਡ ਲੋਪੋਕੇ ਵਿਖੇ ਮੇਲਾ ਵੇਖਣ ਗਿਆ ਸੀ ਅਤੇ ਉਸਦੇ ਵੱਡੇ ਪੁੱਤਰ ਵੱਲੋਂ ਉਸਨੂੰ ਕੋਈ ਨਸ਼ੀਲੀ ਵਸਤੂ ਖਵਾ ਦਿੱਤੀ ਗਈ ਜਿਸ ਨਾਲ ਉਸਨੂੰ ਕੋਈ ਸੁੱਧ ਬੁੱਧ ਨਹੀਂ ਰਹੀ ਅਤੇ ਉਸਦੇ ਪੁੱਤਰ ਨੇ ਆਪਣੇ ਕੁਝ ਹੋਰ ਸਾਥੀ ਚਮਕੌਰ ਸਿੰਘ ਪੁੱਤਰ ਗੁਰਚਰਨ ਸਿੰਘ, ਸਤਿੰਦਰ ਸਿੰਘ ਪੁੱਤਰ ਅਮਰੀਕ ਸਿੰਘ, ਜੋਗਾ ਸਿੰਘ ਪੁੱਤਰ ਗੁਰਮੁਖ ਸਿੰਘ ਅਤੇ ਕੁਝ ਹੋਰ ਨਾਮਲੂਮ ਵਿਅਕਤੀਆਂ ਨਾਲ ਮਿਲ ਕੇ ਮੇਰੇ ਪਾਸੋਂ 25 ਕਨਾਲ 7 ਮਰਲੇ ਦੀ ਜਗ੍ਹਾ ਧੋਖੇ ਨਾਲ ਰਜਿਸਟਰੀ ਕਰਵਾ ਲਈ ਹੈ। ਜ਼ਿਕਰਯੋਗ ਹੈ ਕਿ 80 ਸਾਲਾ ਬਜ਼ੁਰਗ ਦੇ ਵੱਡੇ ਪੁੱਤਰ ਵੱਲੋਂ ਆਪਣੇ ਹੀ ਪਿਤਾ ਨਾਲ ਕੀਤੀ ਇਸ ਧੋਖਾਧੜੀ ਕਾਰਨ ਨਰਿੰਦਰ ਸਿੰਘ ਸਦਮੇ ਅੰਦਰ ਹੈ। ਉੱਥੇ ਹੀ ਨਰਿੰਦਰ ਸਿੰਘ ਦੇ ਛੋਟੇ ਪੁੱਤਰ ਕੁਲਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਕਿਸੇ ਖਾਸ ਵਿਅਕਤੀ ਨੇ ਦੱਸਿਆ ਹੈ ਕਿ ਤੇਰੇ ਵੱਡੇ ਭਰਾ ਵੱਲੋਂ ਤੇਰੇ ਪਿਤਾ ਜੀ ਪਾਸਿਓਂ ਰਜਿਸਟਰੀ ਕਰਵਾਈ ਜਾ ਰਹੀ ਹੈ, ਜਿਸ ਦੀਆਂ ਵੀਡੀਓ ਉਸ ਵਿਅਕਤੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਖਾਤਰ ਉਹਨਾਂ ਨੂੰ ਭੇਜੀਆਂ ਸਨ, ਜਿਸ ਤੋਂ ਬਾਅਦ ਉਹਨਾਂ ਨੂੰ ਇਹ ਸਭ ਪਤਾ ਲੱਗਾ। ਉਹਨਾਂ ਦੱਸਿਆ ਕਿ ਉਹਨਾਂ ਕੋਲ ਇੱਕ ਆਡੀਓ ਕਲਿੱਪ ਵੀ ਮੌਜੂਦ ਹੈ ਜਿਸ ਵਿੱਚ ਮਹਿੰਦਰ ਸਿੰਘ ਅਤੇ ਉਸਦੇ ਸਾਥੀਆਂ ਵੱਲੋਂ ਕਿਸੇ ਵਿਅਕਤੀ ਨੂੰ ਬਿਨਾਂ ਦੱਸੇ ਰਜਿਸਟਰੀ ਕਰਵਾਉਣ ਬਾਰੇ ਕਿਹਾ ਜਾ ਰਿਹਾ ਹੈ। ਉੱਥੇ ਹੀ ਨਰਿੰਦਰ ਸਿੰਘ ਦੇ ਭਰਾ ਮਹਿੰਦਰ ਸਿੰਘ ਅਤੇ ਉਸਦੇ ਨਾਲ ਇਸ ਧੋਖਾਧੜੀ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਖਿਲਾਫ਼ ਪ੍ਰਸ਼ਾਸਨ ਪਾਸੋਂ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ 80 ਸਾਲਾ ਬਜ਼ੁਰਗ ਨਾਲ ਉਸਦੇ ਹੀ ਪੁੱਤਰ ਵੱਲੋਂ ਮਾਰੀ ਗਈ ਠੱਗੀ ਸੰਬੰਧੀ ਉੱਚ ਅਧਿਕਾਰੀਆਂ ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ। ਤਰਨ ਤਾਰਨ ਤੋਂ ਲਖਵਿੰਦਰ ਸਿੰਘ ਗੁੱਲ ਦੀ ਵਿਸ਼ੇਸ਼ ਰਿਪੋਰਟ। ਹਾਂਜੀ ਬਾਪੂ ਜੀ, ਕੀ ਨਾਮ ਹੈ ਆਪਣਾ? ਜਿੰਦਰ ਸਿੰਘ ਜੀ। ਕਿੰਨੇ ਬੇਟੇ ਬਾਪੂ ਜੀ ਤੁਹਾਡੇ? 2 ਜੀ। ਕੀ ਨਾਂ ਹੈ? ਵੱਡੇ ਦਾ ਨਾਮ ਮਹਿੰਦਰ ਸਿੰਘ, ਛੋਟੇ ਦਾ ਨਾਮ ਕੁਲਦੀਪ ਸਿੰਘ।
ਬਾਪੂ ਕਿਹਦੇ ਕੋਲ ਰਹਿੰਦੇ ਜੋ? ਮੈਂ ਗੁਰਦੀਪ ਸਿੰਘ ਕੋਲ ਰਹਿੰਦਾ। ਤੇ ਕੀ ਗੱਲਬਾਤ ਹੋਈ ਹੈ ਬਾਪੂ ਜੀ ਲੋਪੋ ਕੇ ਤੁਸੀਂ ਮੇਲਾ ਵੇਖਣ ਗਏ ਸੀਗੇ? ਗੱਲਬਾਤ ਇਹ ਹੋਈ ਜੀ, ਮੇਰੇ ਤੋਂ ਪਤਾ ਨਹੀਂ ਲੱਗਾ ਮੈਨੂੰ ਕੋਈ ਖਵਾ ਕੇ ਕੀ ਕੀਤਾ, ਮੈਥੋਂ ਕੋਈ ਕੀ ਬਿਆਨ ਲਿਆ ਕੀ ਨਹੀਂ ਲਏ, ਮੈਨੂੰ ਤਸੀਲੇ ਜਾਣ ਦਾ ਵੀ ਨਹੀਂ ਪਤਾ ਵੀ ਕਿਹੜੇ ਵੇਲੇ ਲੈ ਗਿਆ, ਕੀ ਕੋਈ ਮੈਥੋਂ ਲਿਖਵਾਇਆ ਅਤੇ ਕੀ ਬਿਆਨ ਲਵਾਇਆ। ਸੁਣ ਦੇ ਵਿੱਚ ਆਇਆ ਨਾ ਬਾਪੂ ਜੀ ਤੁਹਾਡੇ ਤੋਂ ਪੈਲੀ ਜਿਹੜੀ ਆ ਨਾਮ ਕਰਵਾ ਲਈ ਉਹ ਤੁਹਾਡੇ ਵੱਡੇ ਬੇਟੇ ਨੇ? ਹਾਂਜੀ। ਕਿੰਨੀ ਪੈਲੀ ਆ ਬਾਪੂ ਜਿਹੜੀ ਨਾਂ ਲਗਵਾ ਲਈ ਹੈ? 3 ਕਿੱਲੇ ਜੀ। ਅਤੇ ਤੁਹਾਨੂੰ ਜਦੋਂ ਖੜਿਆ ਸੀਗਾ ਤੁਹਾਨੂੰ ਕੋਈ ਪਤਾ ਨਹੀਂ ਸੀਗਾ? ਨਹੀਂ ਮੈਨੂੰ ਪਤਾ ਨਹੀਂ ਜੀ ਤਸੀਲੇ ਕਿਹੜੇ ਵੇਲੇ ਲੈ ਗਏ। ਕੋਈ ਨਸ਼ੀਲੀ ਚੀਜ਼ ਵਗੈਰਾ ਖਵਾਈ ਗਈ ਸੀਗੀ? ਹਾਂਜੀ। ਕੋਈ ਨਸ਼ੀਲੀ ਚੀਜ਼ ਵਗੈਰਾ ਖਵਾਈ ਸੀਗੀ ਤੁਹਾਨੂੰ ਬਾਪੂ ਜੀ? ਕੋਈ ਖਵਾਈ ਹੋ ਮੈਨੂੰ ਨਹੀਂ ਪਤਾ ਜੀ, ਮੈਨੂੰ ਪਤਾ ਨਹੀਂ ਜੀ ਕਿਹੜਾ ਕਿਹੜੇ ਵੇਲੇ ਮੈਨੂੰ ਖੜਿਆ, ਕਿਹੜੇ ਵੇਲੇ ਮੇਰੇ ਲਾਗੇ ਕੋਈ ਹੈਗਾ ਹੈ। ਜਿਵੇਂ ਕੌਰ ਸਿੰਘ, ਜੋਗਾ ਸਿੰਘ, ਭਜਨ ਸਿੰਘ, ਮਰੀਕ ਸਿੰਘ, ਮਹਿੰਦਰ ਸਿੰਘ, ਬੂਰਾ ਸਿੰਘ ਅਤੇ ਹੋਰ ਕੋਈ ਬੰਦੇ ਸਨ। ਬਾਪੂ ਜਿਹੜੀ ਆ ਤੁਹਾਡੇ ਤੋਂ ਨਸ਼ੀਲੀ ਚੀਜ਼ ਖਵਾ ਕੇ ਜਿਹੜੀ ਪੈਲੀ ਨਾ ਲਵਾ ਲਈ ਆ, ਕਿਸ ਤਰ੍ਹਾਂ ਦੀ ਮੰਗ ਕਰਦੇ ਜੋ? ਮੈਂ ਮੰਗ ਕਰਦਾ ਜੀ ਉਹ ਮੈਨੂੰ ਮੇਰੀ ਪੈਲੀ ਜਿਹੜੀ ਵਾਪਸ ਮਿਲਣੀ ਚਾਹੀਦੀ ਹੈ। ਬੰਦਿਆਂ ਨੇ ਮੇਰੇ ਤੋਂ ਕੰਮ ਕਰਾਇਆ, ਉਹਨਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ। ਕੁਲਦੀਪ ਸਿੰਘ, ਕੀ ਗੱਲਬਾਤ ਹੋਈ ਹੈ ਜਿਹੜੇ ਤੁਹਾਡੇ ਬਾਪੂ ਜੀ ਨਰਿੰਦਰ ਸਿੰਘ ਤੋਂ ਜਿਹੜੀ ਪੈਲੀ ਤੁਹਾਡੇ ਵੱਡੇ ਭਰਾ ਨੇ ਨਾਂ ਵਗੈਰਾ ਲਗਵਾ ਲਈ? ਪੈਲੀ ਜੀ ਸਾਡਾ ਬਿਆਨਾ ਹੋਇਆ ਸੀ ਕਿਸੇ ਦੇ ਨਾਲ, ਜੋਗਾ ਸਿੰਘ ਨਾਲ, ਬਗੀਚਾ ਸਿੰਘ ਨਾਲ, ਅਤੇ ਜੋਗਾ ਸਿੰਘ ਨੇ ਇਹਨਾਂ ਬਿਆਨਾ ਹੋਇਆ ਸੀ ਅਤੇ ਇਹਨਾਂ ਲਿਮਟ ਤਾਰ ਕੇ ਅਤੇ ਬਾਪੂ ਦੇ ਕੋਲੋਂ ਵੀ ਗੁਰਦੁਆਰੇ ਗਿਆ ਵਾ ਬਾਬਿਆਂ ਦੀ ਬਰਸ਼ੀ ਵੇਖਣ, ਉੱਥੇ ਰਿਹਾ ਵਾ। ਇਹਨਾਂ ਲਿਮਟਾਂ ਤਾਰ ਕੇ ਕੋਈ ਇਹਨਾਂ ਜ਼ਮੀਨ ਨਹੀਂ ਮੇਰੀ ਫੱਕ ਕਰਾਈ, ਇਹਨਾਂ 7-8 ਬੰਦਿਆਂ ਰਲ ਕੇ, ਮੇਰੇ ਇੱਕ ਭਰਾ ਵਾ ਮੇਰਾ ਜੀ ਦੇ ਕੋਲ ਰਹਿੰਦਾ ਹੈ, ਇਹਨਾਂ ਨੇ ਇਹਨੂੰ ਧੋਖੇ ਨਾਲ ਪਤਾ ਨਹੀਂ ਕੀ ਖਵਾਇਆ ਕੀ ਨਹੀਂ ਖਵਾਇਆ, ਖਵਾ ਕੇ ਇਹਦੇ ਕੋਲੋਂ ਰਜਿਸਟਰੀ ਕਰਾ ਲਈ ਆ 26 ਗ੍ਰਾਂ 7 ਮਰਲਿਆਂ ਦੀ। ਸਾਨੂੰ ਬਾਅਦ 'ਚ ਪਤਾ ਲੱਗਾ, ਸਾਨੂੰ ਉੱਦਾਂ ਤਾਂ ਪਤਾ ਨਹੀਂ ਲੱਗਾ, ਸਾਨੂੰ ਬਾਅਦ 'ਚ ਪਤਾ ਲੱਗਾ ਉੱਥੋਂ ਬੰਦੇ ਕਹਿੰਦੇ ਸਾਨੂੰ ਵੀਡੀਓ ਪਾਈਆਂ, ਫਿਰ ਸਾਨੂੰ ਪਤਾ ਲੱਗਾ ਵੀ ਇਹ ਕੰਮ ਵੀ ਧੋਖੇ ਨਾਲ ਗਰਾਊਂਡ ਹੈ ਸਾਡਾ। ਇਹ ਆ ਵੀ ਇਹਨਾਂ ਦੇ ਵਿੱਚੋਂ ਇੱਕ ਹੈਗਾ ਅਮਰੀਕ ਸਿੰਘ, ਮਹਿੰਦਰ ਸਿੰਘ, ਭਜਨ ਸਿੰਘ, ਚਮਕੌਰ ਸਿੰਘ, ਸਤਿੰਦਰ ਸਿੰਘ ਅਤੇ ਬੂਰਾ ਸਿੰਘ, ਜਿਹੜਾ ਕਿ ਪਿੰਡ ਦਾ ਨੰਬਰਦਾਰ ਵੀ ਨਹੀਂ ਗਾ, ਮੈਂਬਰ ਪੰਚਾਇਤ ਆ, ਅਤੇ ਜੋਗਾ ਸਿੰਘ ਆ ਨਾਲ। ਇਹ ਬੰਦੇ ਨੇ ਵੀ ਜਾਣੀ ਕਿ ਬਿਨਾਂ ਨੰਬਰਦਾਰ ਹੋਣ ਤੋਂ ਵੀ ਪਤਾ ਨਹੀਂ ਕਿਹੜੇ ਹਿਸਾਬ ਨਾਲ ਸਾਡੇ ਬਾਪੂ ਦੇ ਕੋਲੋਂ ਆਣ ਕੇ ਵੀ ਜਾਣੀ ਕਿ ਖਲੋ ਕੇ ਅਤੇ ਰਜਿਸਟਰੀਆਂ ਕਰਾਤੀਆਂ ਜਾਲੀ। ਅਸੀਂ ਆਨੇ ਵੀ ਜਿਹੜਾ ਵੀ ਇਹ ਕੰਮ ਹੋ ਗਿਆ ਧੋਖੇ ਦੇ ਨਾਲ ਬਾਪੂ ਦੇ ਕੋਲੋਂ, ਅਸੀਂ SSB ਸਾਹਿਬ ਦੇ ਦਿਹਾਤੀ ਪੇਸ਼ ਹੋਏ ਹਾਂ ਅਤੇ ਉਹਨਾਂ ਵੀ ਸਾਨੂੰ ਆਖਿਆ ਵੀ ਚਲੋ ਵੀ ਅਸੀਂ ਕਰਾਂਗੇ ਕਾਰਵਾਈ, ਅਤੇ ਇਹ ਵੀ ਜਿਹੜੀ ਵੀ ਬਣਦੀ ਕਾਰਵਾਈ ਸਾਡੇ ਬਾਪੂ ਦੀ ਵੀ ਜਾਣੀ ਕਿ ਪੈਲੀ ਸਾਡੀ ਵਾਪਸ ਮਿਲਣੀ ਚਾਹੀਦੀ ਹੈ। ਜੋ ਵੀ ਬਣਦੀ ਕਾਰਵਾਈ ਇਹਨਾਂ ਦੇ ਉੱਤੇ ਜੋ ਕਾਰਵਾਈ ਬਣਦੀ ਇਹਨਾਂ 'ਤੇ ਕਰਨੀ ਚਾਹੀਦੀ ਹੈ। ਬਾਪੂ ਜੀ ਕਿੰਨੇ ਚਿਰ ਤੋਂ ਤੁਹਾਡੇ ਕੋਲ ਰਹਿ ਰਹੇ? ਬਾਪੂ ਮੇਰੇ ਨਾਲ ਰਹਿੰਦਾ, ਮੇਰੀ ਮਾਤਾ ਹੀ ਮੇਰੇ ਨਾਲ ਰਹਿੰਦੀ, ਬਾਪੂ ਮੇਰੇ ਨਾਲ ਰਹਿੰਦਾ, ਸਾਨੂੰ ਇੱਥੇ 5 ਸਾਲ ਹੋ ਗਏ ਇੱਥੇ ਆਏ ਨੂੰ, 5-6 ਸਾਲ ਤੋਂ ਅਸੀਂ ਇੱਥੇ ਰਹਿ ਰਹੇ ਹਾਂ। ਰਜਿਸਟਰੀ ਵਗੈਰਾ ਉਹਨਾਂ ਕਰਵਾ ਲਈ ਹੈ? ਰਜਿਸਟਰੀ ਕਰਾ ਲਈ ਉਹਨਾਂ। ਅਤੇ ਕੋਈ ਤੁਸੀਂ ਰਜਿਸਟਰੀ ਰੋਕਣ ਲਈ ਕੋਈ ਦਰਖਾਸਤ ਵਗੈਰਾ ਤਸੀਲੇ? ਰਜਿਸਟਰੀ ਰੋਕਣ ਲਈ SSP ਸਾਹਿਬ ਦੇ ਦਰਖਾਸਤ ਦੇ ਦਿੱਤੀਆਂ ਸੀ। ਤਸੀਲੇ ਵੀ ਦਿੱਤੀ ਕੋਈ ਦਰਖਾਸਤ? ਤਸੀਲੇ ਦੇ ਦਿੱਤੀ ਆ ਆਪਣੇ ਤਹਿਸੀਲਦਾਰ ਸਾਹਿਬ ਨੂੰ, ਪਟਵਾਰੀ ਸਾਹਿਬ ਨੂੰ, ਸਭ ਕੁਝ ਉਹਨਾਂ ਦੇ ਕੋਲ ਚੱਲ ਗਿਆ। ਕੀ ਆਸ਼ਵਾਸਨ ਦਵਾਇਆ ਉਹਨਾਂ? ਉਹ ਆਉਂਦੇ ਵੀ ਨਹੀਂ ਇੰਤਕਾਲ ਨਹੀਂ ਪੈਲੀਆਂ ਦਾ ਚੜ੍ਹਦਾ, ਜੇ ਚੜ੍ਹਦਾ ਤਾਂ ਫਿਰ ਅਸੀਂ, ਜੇ ਸਾਡਾ ਕੋਈ ਨੁਕਸਾਨ ਹੁੰਦਾ ਤਾਂ ਸਾਰੇ ਬੰਦੇ ਫਿਰ ਜ਼ਿੰਮੇਵਾਰ ਹੈ। ਜਿਸ ਤਰ੍ਹਾਂ ਤੁਹਾਡੇ ਭਰਾ ਨੇ ਅਤੇ ਹੋਰ ਬੰਦਿਆਂ ਨੇ ਜਿਹੜਾ ਰਲ ਕੇ ਧੋਖੇ ਨਾਲ ਤੁਹਾਡੇ ਬਾਪੂ ਜੀ ਤੋਂ ਪੈਲੀ ਨਾ ਲਗਵਾ ਲਈ ਆ, ਕਿਸ ਤਰ੍ਹਾਂ ਦੀ ਮੰਗ ਕਰਦੇ ਹੋ ਜੀ ਇਹਨਾਂ ਦੇ ਖਿਲਾਫ? ਇਹਨਾਂ ਦੇ ਪਰਚੀ ਹੋਣੇ ਚਾਹੀਦੇ ਸਾਰੇ ਬੰਦਿਆਂ ਦੀ, A to Z ਜਿੰਨਿਆਂ ਬੰਦਿਆਂ ਨੇ ਇਹ ਕੰਮ ਕਰਾਇਆ। ਅਸੀਂ ਲਿਮਟਾਂ ਤਾਰੀਆਂ, ਸਾਡੇ ਸਾਰੇ ਪਰੂਫ ਸਾਡੇ ਕੋਲ ਆ, ਜਿਹੜੀਆਂ ਲਿਮਟਾਂ ਤਾਰੀਆਂ ਸੀ ਉਹ ਸੱਚਾਈ ਆ ਨੇ ਵੀ ਸਾਡੀਆਂ ਲਿਮਟਾਂ ਤਾਰੀਆਂ। ਜਿਹੜਾ ਇਹਨਾਂ ਕੰਮ ਕੀਤਾ ਵੀ ਝੂਠੀ ਰਜਿਸਟਰੀ ਕਰਾ ਕੇ ਬਾਪੂ ਦੇ ਕੋਲੋਂ ਕੰਮ ਨਿਬੇੜਿਆ, ਬਾਕੀ ਸਾਡੀ ਰਕਮ ਰਹਿੰਦੀ ਚਾਹੀਦੀ ਸਾਡੇ ਕੋਲ ਦੇ ਜਾਣ ਆਣ ਕੇ, ਅਤੇ ਨਹੀਂ ਤਾਂ ਇਹਨਾਂ ਦੇ ਫਿਰ ਪਰਚੇ ਕੀਤੇ ਜਾਣ ਸਾਰੇ ਬੰਦਿਆਂ ਦੇ। ਇੱਕ ਬੰਨੇ ਦੇ ਸਾਡਾ, ਮੈਂ ਪਹਿਲੀ ਦਾ ਸਟੇਅ ਚੱਲਣ ਡਿਆ, 2 ਸਾਲ ਹੋਏ ਕੋਰਟ ਦੇ ਵਿੱਚ, ਅਤੇ ਦੂਜੇ ਬੰਨੇ ਭਜਨ ਸਿੰਘ ਹੋਣੀ ਸਾਡੀਆਂ ਰਜਿਸਟਰੀਆਂ ਕਰਾਉਣ ਡਏ ਆ, ਅਤੇ ਜਿਹੜਾ ਸਟੇਅ ਆ ਫਿਰ ਉਹ ਨਗ ਉੱਥੇ ਸਟੇਅ ਜਿਹੜਾ ਇਹਨਾਂ ਨਗਲੀ ਸਾਡੇ ਦੇ, ਫਿਰ ਇਹਨਾਂ ਪਰਚੇ ਕਰਾਏ ਹੋਏ ਉਦੋਂ ਦੇ ਵੀ ਬਿਨਾਂ ਸਾਨੂੰ ਮਤਲਬ ਤੋਂ ਭਜਾਈ ਫਿਰਦੇ ਰਹੇ ਸਾਨੂੰ ਕੋਰਟ ਦੇ ਵਿੱਚ, 2 ਸਾਲ ਹੋ ਗਏ ਆ, ਅਤੇ ਹੁਣ ਇਹ ਰਜਿਸਟਰੀ ਕਰਾਉਣ ਡਏ ਸਾਰੇ ਬੰਦੇ ਬਾਪੂ ਦੇ ਕੋਲੋਂ। 2 ਸਾਲ ਹੋ ਗਏ ਸਾਨੂੰ ਤਰੀਕਾਂ ਭੁਗਤੰਦਿਆਂ ਨੂੰ ਪੈਲੀ ਦਾ ਸਟੇਅ ਇਹਨਾਂ ਗਹਿਣੇ ਦਾ ਸਾਡੇ 'ਤੇ ਲਾਇਆ, ਅਤੇ ਉਹ ਵੀ ਡੇਟ ਨੰਗੀ ਦਾ, ਹੁਣ ਇਹ ਸਾਡੇ ਬਾਪੂ ਦੇ ਕੋਲੋਂ ਇਕੱਲੇ ਕੋਲ ਰਜਿਸਟਰੀ ਕਰਾਉਣ ਡਏ।
ਪਹਿਲੀ ਤੇ ਭਾਜੀ ਕੋਈ ਕਰਜ਼ਾ ਕੁਰਜ਼ਾ ਵੀ ਹੈਗਾ ਸੀਗਾ? ਹਾਂਜੀ ਕਰਜ਼ਾ ਇਹਨਾਂ ਲਿਮਟਾਂ ਤਾਰੀਆਂ ਜੀ, ਉਹਦਾ ਅਸੀਂ ਤੁਹਾਨੂੰ ਪਰੂਫ ਦਿੱਤਾ ਸਾਰਾ ਕੁਝ, ਅਸੀਂ SSP ਦੇ ਸਭ ਕੁਝ ਪੇਸ਼ ਕੀਤਾ ਜੀ ਜੋ ਸਾਡੇ ਪਰੂਫ ਆ। ਅਤੇ ਬਾਕੀ ਇਹਨਾਂ ਜਮ੍ਹਾਂਬੰਦੀ ਦੇ ਵਿੱਚ ਬਿਨਾਂ ਫੱਕ ਹੋਣ ਤੋਂ, ਪਟਵਾਰੀ ਦੇ ਬਿਨਾਂ ਫੱਕ ਹੋਣ ਤੋਂ ਇਹਨਾਂ ਰਜਿਸਟਰੀਆਂ ਸਾਰਿਆਂ ਤੋਂ ਪਹਿਲਾਂ ਕਰਾ ਲਈਆਂ ਜੀ। ਅਸੀਂ ਜਮ੍ਹਾਂਬੰਦੀਆਂ ਬਾਅਦ 'ਚ ਕਢਾਈਆਂ, ਰਜਿਸਟਰੀ ਤੋਂ ਬਾਅਦ 'ਚ ਅਸੀਂ ਜਮ੍ਹਾਂਬੰਦੀਆਂ ਕਢਾਈਆਂ। ਕੋਈ ਜਮ੍ਹਾਂ ਸਾਡੀ ਕੋਈ ਪੈਰੀ ਦਾ ਨੰਬਰ ਕਰਜ਼ਾ ਫੱਕ ਨਹੀਂ ਹੋਇਆ, ਤਾਂ ਰਜਿਸਟਰੀਆਂ ਤੋਂ ਪਹਿਲਾਂ ਹੋ ਗਿਆ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ TV ਨੂੰ ਅਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈੱਲ ਦਾ ਬਟਨ ਦਬਾਓ।